ਤੋਹੇ ਹੀ ਭੇਜਿਆ ਸਾਨੂੰ ਗੁਰੂ ਨਾਨਕ ਦੇਵ ਨੇ ਦਸਵੇਂ ਪਾਤਸ਼ਾਹ ਨੇ ਕਿ ਅਸੀਂ ਉਹਨਾਂ ਦੇ ਬੱਚਿਆਂ ਸਾਡੇ ਦਿਆ ਕਰੀ ਕਿ ਸਾਡੀ ਖਲਾਸੀ ਹੋ ਗਈ ਅਤੇ ਧੰਨ ਧੰਨ ਅਰਜੇ ਦੀ ਉਹਨੂੰ ਵਧਾਈ ਹੈ। ਸਰਕਾਰ ਨੂੰ ਵੀ ਵਧਾਈ ਹੋਵੇ ਭਾਈ, ਉਹਨਾਂ ਦਾ ਵੀ ਖਹਿੜਾ ਛੁੱਟ ਗਿਆ ਅਤੇ ਕਿਸਾਨਾਂ ਦਾ ਵੀ ਛੁੱਟ ਗਿਆ। ਅਤੇ ਗੁਰੂ ਨਾਨਕ ਦੇਵ ਨੇ ਸਾਨੂੰ ਸਿੱਖਿਆ, ਗੁਰੂਆਂ ਨੇ ਸਾਨੂੰ ਇਹੀ ਦਿੱਤੀ ਹੈ, ਤੱਤੀਆਂ ਤਵਾਂ 'ਤੇ ਬਹਿਣਾ, ਦੇਗਾਂ 'ਚ ਉਬਲਣਾ, ਗਾਣੇ ਭਗਤ ਸਿੰਘ ਨੇ ਫਾਸੀਆਂ ਦੇ ਰਸਤੇ ਪਾਉਣੇ, ਸਿਦਕ ਤੋਂ ਨਹੀਂ ਡੋਲਣਾ, ਸਿਦਕ ਨਵਾਉਣੇ ਸਿੱਖੀ, ਸਿਦਕ ਨਵਾਉਣਾ, ਇਹ ਆਪਣੀ ਜਿਹੜੀ ਈਨ ਹੈ, ਈਨ ਦੀ ਖਾਤਰ ਪੰਜਾਬੀ ਲੋਕ ਮਰਦੇ ਆ, ਜਾਨਾਂ ਲਾਉਂਦੇ ਆ, ਵਾਰਦੇ ਆ, ਖੁਸ਼ੀਆਂ ਮਾਣਦੇ ਆ ਅਤੇ ਆਜ਼ਾਦੀ ਕਰਾਉਂਦੇ ਰਹੇ ਅਤੇ ਆਜ਼ਾਦ ਦਿਨਾਂ ਨੂੰ ਮੰਨਦੀ ਰਹਿੰਦੀ ਹੈ ਦੁਨੀਆ। ਅਸੀਂ ਵੱਡੇ ਪੀਰਾਂ ਪਕੰਬਰਾਂ ਗੁਰੂਆਂ ਨੂੰ ਦੀ ਧਰਤੀ ਹੈ, ਉੱਥੇ ਅਸੀਂ ਪੈਦਾ ਹੋਏ ਹਾਂ ਅਤੇ ਉਹਨਾਂ ਗੁਰੂਆਂ ਦੀ ਅਸੀਂ ਲੜ ਲੱਗੇ ਹੋਏ ਹਾਂ। ਉਹ ਭਗਤ ਵੱਡੇ ਵੱਡੇ ਸਰਾਭੇ ਵਰਗੇ ਅਤੇ ਭਗਤ ਸਿੰਘ ਵਰਗੇ, ਊਧਮ ਸਿੰਘ ਹੋਰੇ ਬੜੇ ਬੜੇ ਵੱਡੇ ਯੋਧੇ, ਖੂਨ ਦੀਆਂ ਦਾਨ ਕਰਕੇ ਜਾਨਾਂ ਲੈ ਕੇ ਗਏ, ਦੇਸ਼ ਨੂੰ ਆਜ਼ਾਦ ਰੱਖ ਕੇ ਗਏ, ਸਿਦਕ ਤੋਂ ਨਹੀਂ ਹਾਰੇ, ਸਭ ਨੂੰ ਆਜ਼ਾਦ ਕਰਕੇ ਗਏ, ਸਭ ਨੂੰ ਖੁਸ਼ੀ ਦੇ ਗਏ। ਉਹਨਾਂ ਦੀਆਂ ਲੰਮੀਆਂ ਉਮਰਾਂ, ਉਹ ਸਾਰੀ ਉਮਰ ਧਰਤੀ ਸਮਾਨ ਜਿੰਨਾ ਚਿਰ ਰਹੋ ਅਤੇ ਉਹਨਾਂ ਚਿਰ ਉਹ ਜਾਗਦੇ ਜਿਉਂਦੇ ਹੀ ਰਹਿਣਗੇ। ਇਸ ਧਰਤੀ 'ਤੇ ਜੰਮੇ ਧੰਨ ਭਾਵ ਉਹਨਾਂ ਦੇ, ਧੰਨ ਉਹਨਾਂ ਦੀਆਂ ਮਾਵਾਂ ਅਤੇ ਧੰਨ ਉਹਨਾਂ ਦੇ ਸਿਰ।